ਨਰਾਇਣਗੜ੍ਹ ਦੇ ਪਿੰਡ ਹੁਸੈਨੀ ਦੇ ਸੁਖਵਿੰਦਰ ਸਿੰਘ ਨੇ ਨਰਾਇਣਗੜ੍ਹ ਚੌਂਕੀ ਸੈਕਟਰ 4 ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 1/18 ਨੂੰ ਉਹਨਾਂ ਦਾ ਪਰਿਵਾਰ ਖਾਣਾ ਖਾਣ ਤੋਂ ਬਾਅਦ ਆਪਣੇ ਘਰ ਦੇ ਵਿਹੜੇ ਵਿੱਚ ਸੋ ਗਿਆ ਸੀ ਤਾਂ ਰਾਤ ਨੂੰ ਕਰੀਬ 2 ਤੋਂ 2:30 ਵਜੇ ਦੇ ਵਿਚਕਾਰ ਉਸ ਨੂੰ ਆਪਣੇ ਮਕਾਨ ਦੇ ਕਮਰੇ ਵਿੱਚ ਇੱਕ ਆਦਮੀ ਦਿਖਾਈ ਦਿੱਤਾ ਜੋ ਕਿ ਕਮਰੇ ਦੀ ਅਲਮਾਰੀ ਵਿੱਚੋਂ ਸੋਨੇ ਦੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਪਿਛਲੇ ਦਰਵਾਜ਼ੇ ਦਾ ਕੁੰਡਾ ਖੋਲ੍ਹ ਕੇ ਖੇਤਾਂ ਵਿੱਚੋਂ ਭੱਜ ਗਿਆ। ਪੁਲਿਸ ਨੇ ਉਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਹੈ। ਇਹ ਰਾਤ ਤੋਂ 2:30 ਵਜੇ ਆਪਣੇ ਜੋ ਦੋਨੋਂ ਮਕਾਨੋਂ ਮੈਂ ਮਾਲਿਕ ਸੋ ਰਹੇ ਤੇ ਮਾਲਿਕ ਕੌਣ ਜੀ? ਮਾਲਿਕ ਜਸਵਿੰਦਰ ਔਰ ਸਲੀਮ। ਠੀਕ ਹੈ, ਤੋ ਬਾਅਦ ਮੈਂ ਉੱਠੇ ਹੈ, ਇਹਨੇ ਦੇਖੇ ਵੀ ਮੇਰੇ ਦੋਨੋਂ ਘਰੋਂ ਮੈਂ ਚੋਰੀ ਹੋ ਗਈ, ਤੋ ਇਤਲਾ ਲੈ ਕੇ ਮੇਰੇ ਪਾਸ ਹੈ ਕਿ ਮੈਂ ਆਪਣੀ ਕਾਰਵਾਈ ਕਰ ਦੀ। ਇੱਕ ਬੰਦਾ ਬਥੇਰੀ ਹੈ ਵੀ ਹਮਨੇ ਪੁਛਾਣਾ ਨਾ, ਉਹ ਵੀ ਛੋਟੇ ਹਿੰਮਤ ਰਹੇ ਹਿਸਾਬ ਕਰਦਾ। ਕਿਆ ਨਾਮ ਹੈ ਜੀ ਆਪਕਾ? ਸੁਖਵਿੰਦਰ ਸਿੰਘ। ਸੁਖਵਿੰਦਰ ਸਿੰਘ, ਤੋ ਆਪਕੋ ਰਾਤ ਕੋ ਕੈਸੇ ਪਤਾ ਲੱਗਿਆ? ਕਿਆ ਪਾਪਾ ਕੋ ਨੂੰ ਬਤਾਇਆ ਜੀ? ਉਠੀ ਨਾ ਠਾਇਆ ਇਹ ਛੋਟਾ ਮੈਂ ਦੇਖਿਆ ਇੱਕ ਲਗਤੀ ਸਾਰਾ ਸਮਾਨ ਜੀ, ਤੋ ਮੈਂ ਇੱਕ ਲਗਤ ਫਿਰ ਡੈਡੀ ਨੇ ਬੁਲਾਈ ਜੀ, ਫਿਰ ਮੈਂ ਇੱਕ ਲਗਤ ਮੈਂ ਦਰਵਾਜ਼ੇ ਨੇ ਦੇਖ ਬਾਹਰ ਦੇਖਣ ਗਏ ਜੀ ਹਮ ਉਹਨੂੰ ਨਾ ਉਸ ਟਾਈਮ ਮੈਂ ਇਹ ਉੱਠ ਪਾਇਆ ਇਤਨਾ ਇਹ ਵੀ ਬਾਹਰ ਉਸਕੇ ਪਿੱਛਾ ਭੱਜੇ ਇਸਨੇ ਦੋ ਵੀ ਬੱਚੇ ਲੈ ਗਏ ਨਾ ਮੈਂ ਤੋ ਕਿਤੇ ਜਿਹੜੇ ਤੋਂ ਕੁਛ ਪਤਾ ਇੱਕ ਹੀ ਆਦਮੀ ਤਾਂ ਯਹਾਂ ਤੋਂ ਕਪੜਾ ਬੰਨ੍ਹ ਲਿਆ ਤਾ ਮੂੰਹਾਂ ਅੱਛਾ ਫਿਰ ਇਹਨੂੰ ਕਹੂੰ ਨੇ ਅੰਦਰ ਨਹੀਂ ਪਿੱਛੇ ਬੋਰੀ ਹੈ ਨਾ ਅੰਦਰ ਆਪਕੋ ਅੰਦਰ ਕੇ ਦਿਖਾਏ ਵਹਾਂ ਸੇ ਇਹ ਬੱਚਾ ਰੋਣ ਲੱਗਿਆ ਛੋਟਾ 2 ਵਜੇ ਕਿਤੇ ਅਤੇ ਪਹਿਲਾਂ ਹੀ ਥੋੜ੍ਹਾ ਰੋਣ ਰੋਣ ਹੋਇਆ ਨਾ ਇਹ ਉੱਠੀ ਨਾ ਉਹ ਉਸ ਕੋਲ ਇੱਕਦਮ ਭੱਜ ਗਿਆ ਸੀ ਰਸਤੇ ਭੱਜ ਗਿਆ ਯਹਾਂ ਤੇ ਭੱਜ ਗਿਆ ਬਾਹਰ ਤੋ ਆਪਨੇ ਪਕੜਾ ਉਸ ਕੋ ਥੋੜ੍ਹਾ ਔਖੇ ਪਿੱਛੇ ਲੱਗਦੇ ਰਹੇ ਨਾ ਇੱਧਰ ਗਾਉਂ ਕੇ ਸਾਥ ਮੇਂ ਇੱਕ ਟਿਵੈਲ ਆ ਜੈਨ ਸਿੰਘ ਕਾ। ਨਰਾਇਣਗੜ੍ਹ ਤੋਂ ਰਘਵੀਰ ਸਿੰਘ ਦੀ ਰਿਪੋਰਟ।